ਅੰਮ੍ਰਿਤਸਰ ਦੇ ਸਥਾਨਕ ਪਸ਼ੂਰਾਮ ਚੌਂਕ ਵਿਖੇ ਹਿੰਦੂ ਸੰਘਰਸ਼ ਸੈਨਾ ਵੱਲੋਂ ਪਾਰਟੀ ਪ੍ਰਧਾਨ ਅਰੁਣ ਪੋਪਾ ਅਤੇ ਜਨਰਲ ਸਕੱਤਰ ਦੀ ਅਗਵਾਈ ਵਿੱਚ ਭਗਵਾਨ ਪਸ਼ੂਰਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਰਾਸ਼ਟਰੀ ਚੇਅਰਮੈਨ ਯੁਗੇਸ਼ ਮਹਾਜਨ, ADCP 1 ਲਖਵਿੰਦਰ ਸਿੰਘ, ACP ਟ੍ਰੈਫਿਕ ਗੋਰਖ ਤੁਰਾ ਅਤੇ SHO ਸ਼ਿਵ ਦਰਸ਼ਨ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸਾਰਿਆਂ ਨੂੰ ਭਗਵਾਨ ਪਸ਼ੂਰਾਮ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਤੇ ਪੰਡਿਤ ਸੰਦੀਪ ਤ੍ਰਿਵੇਦੀ, ਵਿਵੇਕ ਸ਼ਰਮਾ, ਵਿਸ਼ਾਲ ਸ਼ਰਮਾ, ਸੁਨੀਲ ਕੁਮਾਰ, ਬੰਟੀ ਪਹਿਲਵਾਨ ਅਤੇ ਸੋਨੂ ਸਮੇਤ ਹੋਰ ਵੀ ਲੋਕ ਹਾਜ਼ਰ ਸਨ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਦਾ ਉਪਲਕਸ਼ ਪੂਰੇ ਭਾਰਤ ਵਰਸ਼ 'ਚ ਮਨਾਇਆ ਜਾਂਦਾ, ਅਸੀਂ ਵੀ ਇਸ ਨੂੰ ਮਨਾ ਰਹੇ ਹਾਂ। ਔਰ ਮੈਂ ਉਮੀਦ ਕਰਦਾ ਕਿ ਅੱਜ ਅਸੀਂ ਇੱਕ ਪ੍ਰਣ ਕਰ ਰਹੇ ਹਾਂ ਕਿ ਜਿਸ ਪ੍ਰਕਾਰ ਅਸੀਂ ਲੋਹਗੜ੍ਹ ਦੇ ਵਿੱਚ ਪੰਡਿਤ ਚੰਦਰ ਸ਼ੇਖਰ ਆਜ਼ਾਦ ਜੀ ਦੀ ਮੂਰਤੀ ਦਾ ਅਨਾਵਰਣ ਕੀਤਾ ਸੀ, ਪੰਚੋ ਉਪਚਾਰ ਕਰਕੇ ਆਉਣ ਵਾਲੀ ਜਯੰਤੀ ਦੇ ਵਿੱਚ ਅਸੀਂ ਜਿੰਨੇ ਵੀ ਸਾਡੀ ਗਣਮਾਨਯ ਵਿਅਕਤੀ ਨੇ ਉਹਨਾਂ ਦਾ ਸਾਥ ਲੈ ਕਰਕੇ, ਆਪਣੇ ਸਮੁੱਚੇ ਪੰਜਾਬ ਦਾ ਸਾਥ ਲੈ ਕਰਕੇ, ਸਮੁੱਚੇ ਅੰਮ੍ਰਿਤਸਰ ਦਾ ਸਾਥ ਲੈ ਕਰਕੇ ਇਸੇ ਜਗ੍ਹਾ 'ਤੇ ਭਗਵਾਨ ਪਰਸ਼ੂਰਾਮ ਚੌਂਕ ਦੇ ਵਿੱਚ ਹੀ ਅਸੀਂ ਇਹਨਾਂ ਦੀ ਵੀ ਮੂਰਤੀ ਦਾ ਪੰਚੋਪਚਾਰ ਵਿਧੀਵਤ ਪੂਜਨ ਕਰਕੇ ਮੂਰਤੀ ਸਥਾਪਿਤ ਕੀਤੀ ਜਾਏਗੀ। ਅੰਮ੍ਰਿਤਸਰ ਤੋਂ ਕੈਮਰਾਮੈਨ ਦੀਪਕ ਬਜਾਜ, ਜੀਵੇ ਪੰਜਾਬ TV।